ਇਹ ਹੁਣ ਕਿਉਂ ਚਾਈ ਬੈਠਾ? ਇਹਦੇ ਨਾਲ ਜਿਹੜਾ ਨੁਕਸਾਨ ਸੀ ਹੁਣ ਉਹ ਤਾਂ ਗਿਆ ਸੀ। ਪੁਰਜ਼ਾ ਤਰੁੱਟ ਗਏ ਪਲੇਟ ਦੇ। ਦੇ ਦੋ ਦੇ ਦੋ ਦੇ ਦੋ ਠੱਡੇ ਨੂੰ ਗਰਮ ਹੋਣ ਦੇ। ਇਹ ਨੀ ਲਾਵਣੀ? ਬਾਰਾਂ ਮਿੰਟ ਤੇ ਹੁਣ ਟਰਾਲੀ ਸਾਰੀ ਲੋਡ ਥੀ ਗਈ। ਕਿਆ ਮਿੱਠਾ ਪਾਣੀ ਬਣਾਉਂਦੀ ਪਈ ਚੀਨੀ ਪਾ ਕੇ? ਮਿੱਠਾ ਪਾਣੀ ਬਣਾਉਂਦੇ ਪਿਓ? ਅੰਮੀ ਕੋ ਆਖੋ ਬਣਾ ਦੇਵੇ। ਅੰਮੀ ਨਹੀਂ ਬਣਾ ਦਿੰਦੀ। ਅੰਮੀ ਕੋ ਆਖ ਤਾਂ ਮਿੱਠਾ ਪਾਣੀ ਬਣਾ ਦੇਵੇ, ਜਾਂ ਭਈਏ ਕੋ ਆਖੇ ਡੁਬੇ ਲਵਦਾ ਸੀ ਇਹ ਬਣਾ ਦੇ ਸੀ। ਭਈਏ ਕੋ ਆਖੋ ਜਾਂ ਅੰਮੀ ਕੋ ਆਖੋ। ਹੈ ਚਲੋ ਸਾਡੀ ਜਿਵੇਂ ਜਿਵੇਂ ਨਿਕਲਦੀ ਰਹੀਏ, ਤੇਰੀਆਂ ਦਰਦ ਅੱਜਾਂ ਕਾਵੜੀ ਲੱਥੀਆਂ ਨਹੀਂ, ਅਗੋਂ ਸਗਵੀਂ ਈਦ ਆ ਗਈਏ। ਕਿਆ ਬਾਤ! ਗੁੱਡੀ ਪਟੋਲੇ ਦੀ ਤੇ ਅੰਦਰ ਬਿਮਾਰ ਪਈਆਂ, ਬਚ ਗਈ ਉਮ ਤਾਂ ਢੋਲੇ ਦੀ, ਜਾ ਉੱਡ ਜਾ ਕਾਲਿਆ ਕਾਵਾਂ ਵੇ। ਕਿਆ ਬਾਤ ਹੈ ਤੇਰੀ! ਆਖੀ ਮੇਰੇ ਢੋਲੇ ਨੂੰ, ਤੂੰ ਆਸੇ ਟਰੈਕਟਰ ਬਣਵਾਉਣੇ ਆ, ਉਹਦਾ ਕਲੱਚ ਜਿਹੜਾ ਨਾ ਤੁਹਾਨੂੰ ਪਿਛਲੇ ਵੇਲੇ ਆ ਕੇ ਦੱਸਿਆ, ਮੈਂ ਕਲੱਚ ਜਿਹੜਾ ਨਾ ਉਹਦਾ ਛੁੱਟੀ ਕਰ ਗਿਆ। ਟਰੈਕਟਰ ਹੁਣ ਖੁੱਲ ਸੀ, ਫੁੱਲ ਡੂ ਹਿੱਸੇ ਥੀ ਸੀ ਅਤੇ ਕਲੱਚ ਦਾ ਪਤਾ ਲੱਗ ਸੀ। ਦੁਆ ਕਰੋ ਕਿ ਉਹਦਾ ਥੋੜ੍ਹਾ ਜਿਹਾ ਕੰਮ ਹੋਵੇ, ਜ਼ਿਆਦਾ ਖਰਚੇ ਵਾਲਾ ਕੰਮ ਨਾ ਹੋਵੇ। ਫਿਲਹਾਲ ਨਿਕਲਦੇ ਪਏ ਹੈ, ਸਭ ਤੋਂ ਪਹਿਲੇ ਵੈਸੂ ਚੌਕ ਮੁੰਡਾ, ਚੌਕ ਮੁੰਡੇ ਜੋ ਥੋੜ੍ਹਾ ਜਿਹਾ ਕੈਸ਼ ਕਹਿਣਾ ਸੀ। ਮੇਰੀ ਜੇਬ ਵਿੱਚ ਰੁਪਈਆ ਹੀ ਕੋਈ ਨਹੀਂ, ਏਟੀਐਮ ਬਾਜੀ ਦੀ ਮਿਹਨਤ ਕਰਨੇ ਆ, ਜੇ ਕੁਝ ਦੇ ਦਿੰਦੀ ਹੈ ਤਾਂ। ਉੱਠੋ ਆਜ ਸਾਹਿਬ, ਚਲੀਏ। ਇੱਕ ਤਾਂ ਤੂੰ ਆਮਦਾਨੀ ਹੂੰ ਮੈਂ, ਵੇਟ ਕਰ 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 ਅੱਜ ਕੱਲ ਤੂੰ ਜਾਂਦਾ ਨਹੀਂ ਸਾਡੇ ਨਾਲ। ਯਾਰ ਅੱਜ ਕੱਲ ਜਾਂਦਾ ਨਹੀਂ, ਉਸ ਆਖਿਆ ਕਿਵੇਂ ਤਾਂ ਆਖਿਆ ਸੀ ਬਈ ਝੜ ਝੜ ਵੇ ਨਹੀਂ ਆ ਨਾ ਆਮਦਾ ਨਾ ਕੁਛ ਕੋਚੇ ਹੈ ਆਮਦਾ ਤਾਂ ਮੈਂ ਰੋਜ਼ ਆ। ਹੈ ਕਿਸਮਤ ਸਾਡੀਆਂ ਆਦਤਾਂ ਨੂੰ ਜਿਸ ਬਸ਼ਰ ਵਿਗਾੜ ਕੇ ਸੱਟ ਗਿੱਤੇ ਹੈ ਕਹੀਏ, ਉਸਮਾਨ ਦੀ ਵਾਰੀ ਸਾਈਆਂ ਦਾ ਮੁਖ ਵੜਕਾ ਪਾ ਵਰਕਾ ਪਾ ਕੇ ਸੱਟ ਗਿੱਤੇ। ਹਾਂ ਹਾਂ ਇਹ ਨਹੀਂ ਮੋੜ ਸਹੀ ਬੋਲ, ਹੁਣ ਡਰ ਲੱਗਦਾ ਹੈ ਹਮਦਰਦਾਂ ਤੋਂ। ਵਾਹ, ਉਹਨਾਂ ਨੂੰ ਬਸ਼ਰ ਸਾੜ ਕੇ ਸੱਟ ਗਤੇ ਹੈ। ਕੀ ਬਾਤ, ਬੰਦੇ ਆਦਨ ਦੁਸ਼ਮਣੀ ਭੈੜੀ ਹੈ, ਸਾਕੋ ਪਿਆਰ ਉਜਾੜ ਕੇ ਸੱਟ ਗਤੇ। ਕੀ ਬਾਤ, ਖੈਰ ਹੋਵੇ ਅੱਲਾਹ ਹੈ ਮਗਰੂ ਤਾਂ ਨਾ ਦਿਸੇ ਮੇਰੇ ਸੱਜਣਾ, ਨਾ ਟੂ ਪਵੇ ਤੇ ਨਾ ਟਾਇਰ ਆਈ। ਅੱਜ ਤੋਨੇ ਕਾਢ ਦਿੱਤੇ, ਤੋਨੇ ਕੇ ਗੁਰਲਾਟ ਕਾਢ ਦਿੱਤੇ ਸੀ ਹੈ, ਅੱਜ ਤਾਂ ਮੰਡ ਦਿੱਤਾ ਸ ਕੰਮ ਨੂੰ। ਹਾਂ, ਮਾੜੇ ਚੰਗੇ ਨਹੀਂ ਬੰਦੇ ਤੇ ਆ ਬੰਦੇ ਨੇ, ਬੰਦਾ ਚਾਸ਼ਾ ਨਹੀਂ ਪਿਲਾ ਸਕਦਾ ਹੁੰਦਾ, ਨਹੀਂ ਪਿਲਾ ਸਕਦਾ ਬੇਵਜ਼ਨੇ। ਰੁਕੋ, ਅੱਜ ਬੇਵਜ਼ਨੇ ਆਏ ਤੇਰੀ ਮਰਜ਼ੀ ਏ, ਤੂੰ ਪਾਏ ਚ ਪਾ ਬਵੇਂ ਸੇਰੇ ਚ ਪਾ, ਬੰਦਾ ਚਾਸ਼ਾ ਨਹੀਂ ਪਿਲਾ ਸਕਦਾ। ਰੁੰਦੇ ਸ਼ਾਕਰ ਕੰਗਣ ਤੂੰ ਹੱਥ ਚ ਪਾ ਬਵੇਂ ਪੈਰੇ ਚ ਪਾ, ਬੰਦਾ ਚਾਸ਼ਾ ਨਹੀਂ ਪਿਲਾ ਸਕਦਾ, ਬੰਦਾ ਸੁਲਾ ਮਾਰ ਦੇਣਾ ਬਈ ਆਓ ਚਲੋ ਪਕੌੜੇ ਓਏ ਦੋੜਾ ਤਾਂ ਮੁਕੰਮਲ ਕਰਨ ਦੇ ਜ਼ਾਲੇ ਬਸ। ਹੁਣ ਨਿਕਲਦੇ ਪਏ ਵਿਊਅਰਸ, ਜਿਨ੍ਹਾਂ ਦੋਸਤਾਂ ਨਾਲ ਸਾਰੇ ਚੈਨਲ ਕੋ ਸਬਸਕ੍ਰਾਈਬ ਨਹੀਂ ਕੀਤਾ ਜਲਦੀ ਜਲਦੀ ਮਾਰੋ ਸਬਸਕ੍ਰਾਈਬ, ਤੇ ਵੱਲ ਸ਼ੁਰੂ ਕਰਨ ਪਏ ਅੱਜ ਦੀ ਮਜ਼ੇਦਾਰ ਵੀਡੀਓ। ਮਜ਼ੇਦਾਰ ਤਾਂ ਕਾ ਨਹੀਂ, ਨੁਕਸਾਨ ਵਾਲੀ ਵੀਡੀਓ ਦੇਖੋ ਕਿਆ ਬਣਦਾ। ਕੋਈ ਨਹੀਂ ਨੁਕਸਾਨ ਵਾਲੀ, ਨੁਕਸਾਨ ਕੀ ਆ ਲਾਵਾਂ ਫਿਰ ਵੇ, ਜਦੋਂ ਕਲੱਚ ਮੰਡੀ ਰੱਖਣੇ ਤਾਂ ਮੜੋ ਹੋਣੇ ਤੇ ਥੋੜੇ ਮੰਡੇ ਕਰੋ। ਬਿਸਮਿਲਲਾਹਿਰਰਹਿਮਾਨਿਰਰਹੀਮ, ਓਕੇ ਨਾ ਦੇ ਠੀਕ ਹੈ, ਓਕੇ ਨਾ ਦੇ ਵੀ ਸਾਰੀ ਕਣਕ ਵਾਲੀ ਧੂੜੀ ਅੰਦਰ ਲੱਗੀ ਪਈ ਏ। ਬਸ ਤ੍ਰੈਸ਼ਨਾਂ ਦਾ ਮੌਸਮ ਜੋ ਹੈ ਨਾ, ਦਰਵਾਜ਼ਾ ਖੋਲੋ ਸਹੀ ਧੂੜ ਵਿੱਚ। ਨੋ ਅੱਲਾਹ ਪਾਕ ਮਾਫ ਕਰੇ ਯਾਰ, ਕਿਸੇ ਦਾ ਕਲਾਚ ਜਿਹੜਾ ਨਾ ਕੰਮ ਨਾ ਛੋੜੇ। ਕੱਲ ਸਾਡੇ ਕਲਾਚ ਕੰਮ ਕੀਤਾ ਤੇ ਮੁੜ ਕਿਵੇਂ ਕੰਮ ਕੀਤਾ ਹੈ। ਹਾਂ, ਮੀਆਂ ਵਾਲੀ ਚੋਂ ਇੱਕ ਦੋਸਤ ਫੋਨ ਕੀਤੀ ਪਿਆ ਜੀ, ਪਿਆ ਜੀ ਬਾਈ ਦੀ ਚੋਰੀ ਹੋ ਗਈ, ਦਾਣੇ ਦਾ ਕੀ ਮਖੋ, ਦੂਏ ਦਿਨ ਸਵੇਰੇ 5 ਵਜੇ ਮੈਂ ਪਕੜ ਲਿਆ ਚੋਰ। ਓਏ ਹੋਏ, ਉਹ ਪਿੱਛੋਂ ਲੱਗਦੀ ਹੈ ਵਿੱਚ, ਅਸੀਂ ਆਪਣੇ ਰੋਲ ਚਾਹ ਗੱਡੀਆਂ ਦੇ ਵਿੱਚ ਲੱਗਣੀਆਂ ਨਾ। ਇਹਦਾ ਕਲੱਚ ਠੀਕ ਹੈ? ਇਹਦਾ ਕਲੱਚ ਠੀਕ ਹੈ। ਚਲੋ ਅੱਛਾ, ਇਹ ਕਿਹੜਾ ਔਖਾ, ਤੂੰ ਇਹੋ ਸੁਣਾ ਦੇ। ਸੋਹਣਾ ਰੱਤਾ ਸਲਾਹ ਦਾ ਯਾਰ ਦਾ ਪਲ ਰੋਜ਼ ਬਦੇਂਦੀਆਂ, ਸੋਹਣਾ ਰੱਤਾ ਸਲਾਰਾ ਇਹੋ ਸੁਣਾ ਦੇ ਮੁਬਸ਼ਰ, ਜਾਂ ਇਹ ਸੁਣਾ ਦੇ ਮਤਲਬ ਨਿਕਲ ਗਈ ਹੁਣ ਜਾਣ ਦਾ ਨਹੀਂ ਢੋਲਾ। ਹਾਂ ਹਾਂ, ਮਤਲਬ ਨਿਕਲ ਗਏ ਹੁਣ ਪਹਿਚਾਣ, ਦਿਲ ਪਿਆਸਾ ਉਸਦੇ ਪਿਆਰ ਦਾ ਇਹੋ ਰੋਜ਼ ਸੁਚੇਂਦੀ ਆ। ਸੋਹਣਾ ਰੱਤਾ ਸਲਾਰਾ ਯਾਰ ਦਾ
लाचे दे विच धारियां दिल बिस्मिल तै अगे हारियां दिल बिस्मिल तै अगे हारियां पक्का होवे कॉल करार दा इयो रोज सुचेंदियां पक्का हावे कॉल करार दा ਬਾ ਬੰਦਾ ਜੱਟਾ ਨਾ ਕੋਈ ਨਹੀਂ ਕਦਮ ਅੱਗਾਂ ਕੀ ਜਾਂ ਕਰੋ ਪਿੱਛਾਂ ਕੀ ਰੱਲਾ ਵੀ ਲੱਗਾ ਇਹ ਪਾਸਟ ਦੀ ਗੱਲ ਹੈ ਨਾ ਉਹ ਛੋੜ ਗਿਆ ਨਾ ਗਿੱਲਾ ਹੈ ਹੁਣ ਸ਼ਿਕਵਾ ਸਮਝ ਹੁਣ ਸ਼ਿਕਵਾ ਤੇ ਮੈਂ ਗਾਣਾ ਸੁਣਾਉਂਦਾ ਤਾਂ ਕੋਈ ਨਹੀਂ ਪਿਆ ਤੇ ਮੈਂ ਮੂਹੇ ਸ਼ਰਮਾ ਦਾ ਪਿਆ ਤੂੰ ਇਹੋ ਸੁਣਾ ਜੇ ਮੇਰੇ ਕੋਲੋਂ ਸੁਣਨਾ ਨੇ ਤੇ ਮੈਂ ਤਾਂ ਸੁਣਾਉਂਦਾ ਨਾ ਸੁਣ ਖੋਤਾ ਖਾਨ ਖੁਬਾਰ ਦਾ ਦੋ ਰੋਹਿੰਗ ਸਟੈਂਦਾ ਹੈ ਸੁਣ ਖੋਤਾ ਖਾਨ ਖੁਬ ਖੋਤੇ ਦੇ ਗੱਲ ਵਿੱਚ ਟੱਲੀਆਂ ਬਹੁ ਮਾਰ ਦਿੱਤੀ ਹੈ ਮੁਸਲੀਆਂ ਬਹੁ ਮਾਰ ਦਿੱਤੀ ਹੈ ਮੁਸਲੀਆਂ ਸੁਣ ਖੋਤਾ ਖਾਨ ਗੁਬਾਰ ਦਾ ਖੋਤੇ ਦੇ ਗੱਲ ਵਿੱਚ ਗਾਨੀ ਉੱਤ ਚੜਦੀ ਹੈ ਤੇਰੀ ਨਾਨੀ ਉੱਤ ਚੜਦੀ ਹੈ ਤੇਰੀ ਨਾਨੀ ਕੌਲ ਕਰਾਰ ਦਾ ਇਹ ਰੋਜ਼ ਸੁਚੇਂਦੀ ਆ ਸੁਣ ਖੋਤਾ ਆਮਦੇ ਕੁਬਾਰ ਦਾ ਸੁਣਾ ਮੁਬਸ਼ਰ ਹੁਣ ਤਾਂ ਅੱਜ ਸੁਣਾ ਦਿੱਤਾ ਤੂੰ ਸ਼ੁਰੂਆਤ ਅੱਜ ਕਰ ਦਿੱਤੀ ਵੀ ਆ ਤੂੰ ਥੋੜਾ ਜਿਹਾ ਜੇ ਗਾਣਾ ਨਾ ਸੁਣਾਇਆ ਤਾਂ ਗੁਲਾਬ ਖੇਲ ਨਾ ਹੁਣ ਸੀਰੀਅਸ ਹੈ ਵੈਲਕਮ ਬੈਕ ਵਿਊਅਰਸ ਪਹੁੰਚ ਆਏ ਆਪਣਾ ਪਿਆਰਾ ਸ਼ਹਿਰ ਚੌਕ ਮੁੰਡਾ ਸਾਹਮਣੇ ਇਹ ਬੈਂਕ ਉੱਥੋਂ ਥੋੜਾ ਜਿਹਾ ਕੈਸ਼ ਕਹਿੰਦੇ ਆ ਇਹ ਵੇਖੀ ਮੈਂ ਇਹਨੂੰ ਵਿਖਾਉਣਾ ਹੀ ਕੋ ਹੋਏ ਸਿਰਫ ਏਟੀਐਮ ਕਾਰਡ ਇਸ ਪੈਸੇ ਦੇ ਦੇ ਬਰਾਏ ਮਿਹਰਬਾਨੀ 400 ਕੇ ਸਾਥ ਪੈਨ ਅੰਦਰਾਜ ਕਰੇ ਕਰ ਦਿੱਤਾ ਪੈਨ ਕੀ ਲਾ ਜਾਈ ਤੂੰ ਇੱਥੇ ਦੇਖ ਤੂੰ ਉੱਨੇ ਨਾ ਦੇਖ ਪੈਨ ਕੀ ਲਾ ਨਕਦ ਰਕਮ ਕੇ ਲਈ ਇਹ ਦੇ ਦੇ ਸਾਨੂੰ 50,000 ਦੇ ਦੇ ਤੇਰੀ ਫਾਰ 50,000 ਕੀ ਕਰਨਾ ਦੇਵਣਨ ਬੰਦੀਆਂ ਦੇ ਇਹ ਟਰੈਕਟਰ ਤੇ ਪਤਾ ਨਹੀਂ ਕਿਤਨੇ ਲੱਗਦੇ ਨੇ ਓ ਯਾਰ 3-4,000 ਟਰੈਕਟਰ ਤੇ ਲੱਗਣਾ ਖੁਦਾ 3-4 ਨਹੀਂ ਉਹ ਅਸਲ ਡੀਜ਼ਲ ਪਵੇਂਦੇ ਰਹਿ ਗਿਆ ਨਾ ਜਿਹੜੀ ਨਵੀਂ ਫਸਲ ਬੀਜੀਏ ਉਹਨਾਂ ਦੇ ਫੋਨਾਂ ਦੇ ਤਨ ਵੀ ਪੈਸੇ ਪਹੁੰਚਾਓ ਖਾਦਮੇ ਦੇ ਹਾਂ ਯਾਰ ਖਾਦਮਾ ਜਾਣੇ ਮੈਂ ਜਾਣਾ ਯਾਰ ਕਮਾਲੇ ਦੇਵਣੇ ਤਾਂ ਹੈ ਨਹੀਂ ਯਾਰ ਓ ਯਾਰ ਐਡੀ ਜ਼ਲਾ ਮਿਜ਼ਲਾ ਆਇਆ ਵਾਸਤੇ ਅੱਜ ਸਿਆਲ ਏਟੀਐਮ ਬਤਾਏ ਚਲੋ ਅੱਛਾ ਹਾਂ ਇਹ ਗੱਲ ਹੈ ਦੇ ਦੋ ਦੇ ਦੋ ਦੇ ਦੋ ਦੇ ਦੋ ਪੈਸੇ ਹਮਨੇ ਲੈ ਲੀਏ ਆਖਿਰਕਾਰ ਹੁਣ ਨਿਕਲਦੇ ਪਏ ਅੱਡੇ ਵਾਲ ਜਿੱਥੇ ਸਾਰਾ ਟਰੈਕਟਰ ਖੁੱਲਿਆ ਪਏ ਕੋਈ ਚੌਕ ਦਾ ਕੰਮ ਹੈ ਕੋਈ ਕੰਮ ਕੋਈ ਨੀ ਚੌਕ ਦਾ ਕਿਆ ਕੰਮ ਕਿਵੇਂ ਹਾਲ ਹੈ ਪੁਰਜ਼ਾ ਤਰੁੱਟ ਗਏ ਪਲੇਟ ਇਹ ਵਾਤ ਇਹ ਨੀ ਲਾਵਣੀ ਗਲੀਜ਼ਨ ਦੀ ਕਹਿੰਦਾ ਬਾਈ ਕਿਤਨੇ ਦੀ ਚਲੋ ਪਵਾ ਨਹੀਂ ਕੰਮ ਪੁੱਠੇ ਨੀ ਕੋਈ ਬੰਦਿਆਂ ਦਾ ਕੰਮ ਕੋਈ ਨੀ ਵੱਲ ਪਿਛਲੀ ਆਵਾਜ਼ ਕਰਨ ਪੈ ਵਜੇ ਵੱਲ ਉਸਤਾਦ ਪਾਵਣੀਆਂ
ਇਹਦੇ ਕੀ ਸਾਲ ਠੋਕੀ ਬੈਠਾ ਸ਼ੀਸ਼ੇ ਤੇ ਬੈਠੀ ਤਸੱਲੀ ਨਾਲ ਹਾਂ ਤੇ ਠੀਕ ਹੈ ਵਿੱਚ ਜਗ੍ਹਾ ਜੂ ਕੋਈ ਨਹੀਂ ਤੇ ਸ਼ੀਸ਼ੇ ਤੇ ਬੈਠੀ ਜਾਸੀ ਸਫ਼ਰ ਆਪਣਾ ਕਰ ਲਈ ਸੀ ਆਹਾ ਪੱਕਣਾ ਓ ਨਾ ਉਡਾ ਦੋ 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 ਇਹ ਤੇਰੇ ਕੋਲ ਫਜੀਂਦੀ ਪਈ ਹੈ ਜੇ ਤੂੰ ਇਤਨਾ ਕਮਾਊ ਹੋਇਆ ਤੇ ਬੂਟਾ ਤੈਨੂੰ ਪਰਨਾ ਛੋੜਿਆ ਚਿੜੀਆਂ ਫਦਨੀਆਂ ਸੌਖੀਆਂ ਅਸਾਂ ਵੱਲ ਵਹਿੰਦੇ ਪਏ ਗਾਰ ਗੱਪ ਨਹੀਂ ਸੇ ਲੈਂਦੇ ਅਸਾਂ ਗਾਰ ਜੁਲਦਿਆਂ ਕੋਈ ਵੀ ਕੰਮ ਕਾਰ ਦੇ ਕਹਿੰਦੇ ਇੱਥੇ ਤੋਂ ਆਗੂ ਤਕਰੀਬਨ 4 ਵਜ ਵੇ ਸੀ ਮੈਨੂੰ ਲੱਗਦਾ ਘਰ ਮਿਲਦੇ ਇਨਸ਼ਾਅੱਲਾ ਇਹ ਹੁਣ ਕਿਉਂ ਚਾਈ ਬੈਠਾ ਇਹਦੇ ਨਾਲ ਜਿਹੜਾ ਨੁਕਸਾਨ ਸੀ ਹੋਣਾ ਉਹ ਤਾਂ ਗਿਆ ਸੀ ਸਾਹਮਣੇ ਬਣਦਾ ਖੜਾ ਹਾਲੀ ਤਕਰੀਬਨ ਫਿਟਿੰਗ ਥੀਂਦੇ ਨਾ 3-4 ਘੰਟੇ ਲੱਗ ਗਏ ਸਨ ਕਿਉਂਕਿ ਅੱਧੋ ਅੱਧ ਹੀ ਖੜਾ ਨਾ ਪਹਿਲੇ ਕਲਚ ਪਲੇਟ ਕਸੀ ਸੀ ਵੱਲ ਸ਼ੋ ਕਸੀ ਸੀ ਤੇ ਢੇਰ ਸਾਰਾ ਟਾਈਮ ਲੱਗ ਗਏ ਸੀ ਸੂਫੀ ਕੋ ਬਿਲਾ ਦਿੱਤੇ ਸੀ ਸਾਈ ਪੈਸੇ ਚੈਸੇ ਦੇ ਦਿੱਤੇ ਸੀ ਵੀ ਬਣਵਾ ਕੇ ਤੇ ਆ ਤੇ ਅਸਾਂ ਨਿਕਲੇ ਵੈਨੇ ਆ ਨਾ ਘਰ ਵੱਲ ਇਹਨੂੰ ਵੀ ਨੀਂਦ ਹੁਣ ਆਉਣੀ ਤੋਂ ਖਾਣਾ ਹੀ ਵਾਣਾ ਛੱਡਾ ਹੁਣ ਆਉਣੀ ਆਉਣੀ ਓਕੇ ਕਰੀਏ ਮੈਂ 2 ਘੰਟੇ ਸਹਿ ਲਵਾਂ ਚਲੋ ਮੋਰ 4-5 ਵਜੇ ਇਕੱਠੇ ਆ ਓਕੇ ਓਕੇ ਘੰਟਾ ਡੇਢ ਵੀਵਰਸ ਰੈਸਟ ਕਰਕੇ ਨੂੰ ਪਹੁੰਚ ਆਏ ਘਰ ਵੱਲ 3-4 ਵਜੇ ਨਿਕਲ ਸੋ ਇਨਸ਼ਾਅੱਲਾ ਕੰਮ ਕਾਰ ਤੇ ਉਤਨੀ ਦੇਰ ਜੋ ਉਮੀਦ ਸੂਫੀ ਟਰੈਕਟਰ ਬਣਵਾ ਕੇ ਆਵੇ ਸੀ ਤੇ ਵੱਲ ਮੁਰੱਬੇ ਹਾਲ ਆਪਣਾ ਕੰਮ ਸ਼ਾਮ ਦੇਖ ਸੋ ਘੰਟਾ ਡੇਢ ਹੁਣ ਸਮਝਦੇ ਆ ਕੈਸੇ ਹੋ ਠੀਕ ਕਿਵੇਂ ਆਰਾਮ ਹੈ ਹੁਣ ਸਿਰ ਠੀਕ ਹੈ ਦਰਦ ਤਾਂ ਹੈ ਨਹੀਂ ਰੋੜਾ ਖਤਮ ਠੀਕ ਹੈ ਰੋੜਾ ਹੈ ਸਿਰੇ ਚਾਲੀ ਚਲੋ ਇਹ ਖਤਮ ਥੀ ਗਿਆ ਸੀ ਵੈਲਕਮ ਬੈਕ ਵਿਊਅਰਸ ਘੰਟਾ ਡੇਢ ਦੇ ਰੈਸਟ ਤੋਂ ਬਾਅਦ ਵੱਤ ਹਾਜ਼ਰ ਆ ਸੂਫੀ ਭਾਈ ਆਇਆ ਘਰ ਟਰੈਕਟਰ ਬਣਵਾ ਕੇ ਉਹ ਪੇਰੇ ਪਹਿਨ ਥੇ ਅਤੇ ਲੰਘ ਗਏ ਮੁਰੱਬੇ ਕਿਉਂਕਿ ਵੱਤ ਰਹੀ ਕਾਸ਼ਤ ਕਰਨਾ ਆਈ ਅਤੇ ਸਵੇਰ ਦਾ ਮੌਸਮ ਸਾਡੇ ਕੋਲ ਇਵੇਂ ਹੈ ਸੂਰਜ ਕਹਿ ਨਹੀਂ ਨਿਕਲਿਆ ਬਦਲ ਹੀ ਬਦਲ ਹਨ ਹੁਣ ਫਿਲਹਾਲ ਅਸਾਂ ਵਹਿੰਦੇ ਪਏ ਨਾਲ ਦੂ ਦੁਕਾਨਾਂ ਤੋਂ ਨਾ ਡੀਜ਼ਲ ਮੰਗਵਾਇਆ ਹੋਇਆ ਉਹਨਾਂ ਕੋਲ ਡੀਜ਼ਲ ਦੇ ਪੈਸੇ ਦੇਣੇ ਵੱਲ ਵੈਸੂ ਸੂਫੀ ਭਾਈ ਕੋਲ ਮੁਰੱਬੇ ਦੇਦੇ ਹਾਂ ਕਿਆ ਪੋਜੀਸ਼ਨ ਹੈ ਮੈਂ ਸੁੱਤਾ ਪਿਆ ਵੀ ਹਾਲੇ ਤੱਕ ਉਹ ਹਿਸਾਬ ਕਿਤਾਬ ਕਹਿ ਨਹੀਂ ਦੱਸਾ ਗਿਆ ਕਿ ਟਰੈਕਟਰ 'ਤੇ ਮੈਂ ਚੌਖੇ ਪੈਸੇ ਲਾਂ ਜਾਂ ਪੈਸੇ ਅਸਾਂ ਉੱਥੇ ਦੇ ਆਇਆ ਸੀ ਵੀ ਜਿਹੜਾ ਬਿੱਲ ਹੋਵੇ ਕਲੀਅਰ ਕੀਤੀਆਂ ਜਨਾਬ ਕੀ ਹਾਲ ਹੈ ਮੁੰਡਿਆ ਤੇਰਾ ਓ ਕਿਆ ਹਾਲ ਹੈ ਤੁਸੀਂ ਖਾਤਾ ਦੇਖੋ ਸਾਡਾ ਕਿਆ ਹਾਲ ਹੈ ਅੰਕਲ ਜੀ ਠੀਕ ਹੋ ਜੀ 99-40 ਓਕੇ ਯਾਦ ਰੱਖੀ ਬੈਠੇ ਹੋ ਇੱਕ ਦੁਕਾਨ ਵਾਲੇ ਤਾਂ ਪੈਸੇ ਦੇ ਦਿੱਤੇ ਸੀ ਹੁਣ ਬਈ ਦੁਕਾਨ 'ਤੇ ਬਹਿੰਦੇ ਪਏ ਇਹ ਤਾਂ ਜਵਾਨ ਮੂੰਹ ਜ਼ਬਾਨ ਹੀ ਯਾਦ ਰੱਖੀ ਬੈਠਾ ਭਾਵੇਂ ਇੰਤਜ਼ਾਰ ਹੀ ਚਾਹੀ ਸਾਡੀ ਵਿਆਹ ਦੇ ਭੈਣ ਇਹ ਕੋਈ ਜਾਂ ਪਤਾ ਲੱਗ ਗਿਆ ਵਿਆਹ ਦੇ ਮੌਸਮ ਇੰਤਜ਼ਾਰ ਵਾਲੀ ਹੈ ਨਾ ਅੱਛਾ ਅੱਛਾ ਆਪ ਤੜਾ ਪੀ ਚੀ ਹਾਂ ਹਾਂ ਲੈਣ ਦੇਣ ਕਲੀਅਰ ਕਰਨ ਦੀਆਂ ਦੀਵਾਰਾਂ ਹਨ ਨਾ ਅਸਾਂ ਇੰਨਾ ਕਲੀਅਰ ਕਰੇ ਸੂ ਪਿੱਛਾ ਕਲੀਅਰ ਕਰੇ ਸਾਂ ਅਸਲਾਮੁ ਅਲੈਕੁਮ ਜਨਾਬ ਜਨਾਬ ਕੀ ਹਾਲ ਹੈ ਸਹੀ ਸਾਡੇ ਤੇਲ ਦੇ ਪੈਸੇ ਹੋ ਸਨ ਦੇਖੋ ਕਿਤਨੇ ਥਾਕ ਦਿਉਂ ਹਿਸਾਬ ਕਿਤਾਬ ਕਲੀਅਰ ਕਰ ਦਿੱਤਾ ਹੁਣ ਬਸ ਨਿਕਲਦੇ ਪਏ ਘਰ ਘਰ ਵਾਲ ਨਹੀਂ ਮੁਰੱਬੇ ਵੱਲ ਤਨਜ਼ੀਲ ਐਗਰੀ ਫਾਰਮ ਤੇ ਸੂਫੀ ਬਾਈ ਦਾ ਪਤਾ ਕਰੇ ਨੇ ਅੱਜ ਜਿਹੜੇ ਪੈਸੇ ਕਢਾਇਆ ਸੀ ਨਾ ਤਕਰੀਬਨ ਫਾਈਨਲ ਥੀ ਗਏ 20 ਆ ਕੇ ਕੁੜੇ ਆਇਆ ਸੀ 30 ਇੱਥੇ ਲੱਗ ਗਿਆ ਸਮਝੋ ਵਿੱਚੋਂ 1000-1500 ਬਚ ਗਏ ਦੱਖ ਲਾਲ ਹੈ ਮੁਰਸ਼ਦ ਮੂੰਝਾ ਮੂੰਝਾ ਹਾਲ ਹੈ ਮੁਰਸ਼ਦ ਰਾਤੀ ਵਿਵਰ ਤੇ ਇਹ ਵਾਲੀ ਰੌਣੀ ਨੇ ਮਤਲਬ ਇਹਦੇ ਬੀਜ ਛੱਟਿਆ ਪਿਆ ਗੱਡੀ ਖਰਾਬ ਥੀ ਗਈ ਰਾਤੀ ਵੱਲ ਬਈ ਗੱਡੀ ਛੱਡ ਕੇ ਇਹਦੇ ਤੇ ਹਾਲ ਮਰਾਇਆ ਸੀ ਬੰਨੇ ਹੁਣ ਸੂਫੀ ਕੱਢ ਗਿਆ ਤਾਜ਼ੇ ਕੱਢੇ ਪੈਣ ਆਪ ਉੱਥੇ ਸਾਹਮਣੇ ਪਰ ਉਹ ਉੱਥੇ ਵੱਧਿਆ ਥਿਆ ਟੇਪ ਦੀ ਆਵਾਜ਼ ਆਉਂਦੀ ਪਈ ਹੈ ਗਾਣਾ ਜਿਹੜਾ ਮੁਬਸ਼ਰਾ ਦਾ ਉਹਦਾ ਖੈਰ ਤਾਂ ਇਹ ਅੱਖ ਲਾਲ ਹੈ ਮੁਰਸ਼ਦ ਗਾਣਾ ਛਾਣਾ ਚਲਾਈ ਹੁੰਦਾ ਅਤੇ ਲੱਗਿਆ ਹੁੰਦਾ ਕਈ ਵਾਰੀ ਸਾਰੀ ਕਣਕ ਸਾਰੀ ਤਕਰੀਬਨ ਪੇੜਾਂ 'ਤੇ ਪਈ ਹੈ ਕੁਝ ਘਰ 'ਚ ਆ ਗਿਆ ਸੀ ਨਾ ਬਾਕੀ ਸਾਰੀ ਉਹ ਪੇੜ ਸਾਹਮਣੇ ਪਏ ਇਡੂ ਵਾਲਾ ਸਾਹਮਣੇ ਪਏ ਥੀ
ਕੱਲ ਸੀ ਗਿਆ ਸੀ ਵਿੱਚੋਂ ਮਾਰਕੀਟ ਗਈ 3300 ਤੇ ਕੱਲ ਵੱਲ 2900 ਤੇ ਵੱਲ ਆਈ ਮਤਲਬ ਵੇਚਣ ਵਾਲੇ ਚਾਂਸ ਲੱਗਦੇ ਨਹੀਂ ਵਿਕਦੇ ਨਹੀਂ ਵਿਕੇ ਸਹੀ ਜਿਹੜੇ ਆੜਤੀ ਹਜ਼ਰਾਤ ਇਹਨੂੰ ਡਰੇ ਪੈਣ ਗਿਨਣ ਹੀ ਕੋਈ ਨਹੀਂ ਆਉਂਦਾ ਕਹਿੰਦਾ ਹੀ ਕੋਈ ਨਹੀਂ ਰੇਟ ਹੀ ਕੋਈ ਨਹੀਂ ਲੈਂਦਾ ਇਹ ਕੰਡੀਸ਼ਨ ਬਣ ਗਈ ਜੀ ਮਾਰੀ ਗੰਦਮ ਦੀ ਦੇਖੋ ਕਿਆ ਬਣਦਾ ਅੱਲਾ ਖੈਰ ਹੀ ਕਰੇ ਸਾਡਾ ਇੱਕ ਕਿੱਲਾ ਇਹ ਕਣਕ ਦਾ ਰਾਂਦਾ ਆਈ ਜਿਹੜਾ ਇਹ ਸਾਹਮਣੇ ਹੈ ਅਤੇ ਇਹਦੇ ਵਿੱਚ ਲੇਬਰ ਲੱਗੀ ਵੱਧਦੀ ਹੈ ਹੁਣ ਕੱਪਣ 'ਤੇ ਇਹ ਇਨਸ਼ਾਅੱਲਾ ਇੱਕ ਅੱਧੀ ਦੀਵਾਰ ਵਿੱਚ ਕੱਪ ਵੇ ਸਨ ਵੱਧ ਵੇ ਸਨ ਅਤੇ ਵਾਲੇ 3-4 ਕਿੱਲਿਆਂ ਦਾ ਪੇੜ ਹੈ ਪਰ ਹੁਣ ਕੱਪੀ ਪਈਏ ਇਹ ਇਕੱਠੀ ਕਰਕੇ ਅਤੇ ਕੱਢ ਦੇਸੂੰ ਸਾਰਾ ਗੰਦਾ ਮਾਲਾ ਜਿਹੜਾ ਟੈਨਸ਼ਨ ਹੈ ਉਹ ਮੁੱਕ ਗਏ ਸੀ ਇਨਸ਼ਾਅੱਲਾ ਬਿਜਾਈ ਵੀ ਨਾਲ ਨਾਲ ਤਕਰੀਬਨ ਫਾਈਨਲ ਥੀ ਵੈਸੇ ਟੈਨਸ਼ਨ ਤਾਂ ਨਹੀਂ ਮੁੱਕਦੀ ਜੇ ਤੁਹਾਨੂੰ ਰੇਟ ਨਹੀਂ ਬਣਦਾ ਉਹ ਤਾਂ ਅੱਲਾ ਖੈਰ ਕਰੇ ਸੀ ਉਹ ਤਾਂ ਸਾਡੇ ਜੱਟਾਂ ਦੇ ਹਿੱਸੇ 'ਚ ਹਿੰਨ ਪੈ ਧੱਕੇ ਜਮਾਂਦਰੂ ਖੁੱਲੇ ਜਿਗਰੇ ਤੇ ਖੁੱਲੀਆਂ ਜ਼ਮੀਨਾਂ ਵਾਲਿਆ ਜੱਟ ਮਾਸ਼ਾਅੱਲਾ ਸਹੀ ਕਿੱਲਾ ਡੇਢ ਕਪਾਹ ਕਾਸ਼ਤ ਕੀਤੀ ਆਸੇ ਤੇ ਉਤੋਂ ਆ ਗਿਆ ਹਨ ਕਣੀਆਂ ਹਲਕੀਆਂ ਫੁਲਕੀਆਂ ਮੈਂ ਕੋਈ ਡਰ ਰਹੀ ਵੀ ਇਹ ਜਮਸੀ ਨਾ ਲੇਕਿਨ ਅਲਹਮਦੁਲਿਲਾ ਸਾਰੀ ਬਿਹਤਰੀਨ ਜਮੀ ਵੀ ਚੈੱਕ ਕਰੋ ਇਹ ਦੇਖੋ ਵਿੱਚ ਵਿੱਚ ਫੀਲ ਥੀ ਹਾਲੀ ਨਿਕਲਦੀ ਵਧੀ ਹੈ ਨਿਕਲਾ ਸੀ ਇਹ ਓਕੇ ਇਹ ਦੇਖੋ ਇਹੀ ਲਾਈਨ 'ਚ ਦੇਖੋ ਕਿਤਨੀ ਗਾਟੀ ਗਾਟੀ ਤੇ ਬਿਹਤਰੀਨ ਜਮੀ ਪਈ ਹੈ ਮਾਸ਼ਾਅੱਲਾ ਹੁਣ ਦੁਆ ਕਰੋ ਕਿ ਇਹਦੇ ਰੇਟ ਸ਼ੇਟ ਬਿਹਤਰੀਨ ਲਾਵਣ ਤੇ ਅੱਲਾ ਖੈਰ ਵੀ ਪਕਾਵੇ ਕੋ ਤਿਆਰ ਕਰ ਵਿਜੈ ਨੇ ਤਾਂ ਟੈਨਸ਼ਨ ਸ਼ੁਰੂ ਵੇਚਣ ਤੱਕ ਟੈਨਸ਼ਨ ਬਿਲਕੁਲ ਇਹ ਹੁਣ ਤਕਰੀਬਨ ਡੇਢ ਕਿੱਲੇ ਤੇ ਨਾ 15,000 ਰੁਪਏ ਦਾ ਬੀਜ ਹੈ 10,000 ਰੁਪਇਆ ਇਹਦੇ ਉੱਤੇ ਪਾਣੀ ਤੇ ਹੱਲਾਂ ਦਾ ਖਰਚਾ ਹੈ 25,000 ਸਿਰਫ ਬਿਜਾਈ ਹੈ ਤੇ ਅੱਗਾਂ ਜਿਹੜਾ ਇਹਦੇ ਉੱਤੇ ਖਰਚਾ ਥੀਉਣਾ ਖਾਦ ਪਾਣੀ ਉਹ ਅਲੱਗਦਾ ਹੈ 6 ਮਹੀਨੇ ਥੀ ਬਣਾਏ ਉਹ 6 ਮਹੀਨੇ ਨਾਲ ਨਾਲ ਚੱਲਦਾ ਰਹਾ 6 ਮਹੀਨੇ ਕੋਈ ਡ੍ਰਿਪਾਂ ਲੱਗਣੇ ਨੇ ਦਾਖਲ ਥੀ ਗਿਆ ਹਸਪਤਾਲ ਹੁਣ ਅੱਗੇ 6 ਮਹੀਨੇ ਡ੍ਰਿਪਾਂ ਲੱਗਣੀਆਂ ਡ੍ਰਿਪਾਂ ਲੱਗਦੀਆਂ ਰਹਾ ਕੋਈ ਤਾਕਤ ਵਾਲਿਆਂ ਕੋਈ ਫਲੈਜਲ ਕੋਈ ਆਖਿਆ ਉਹ ਕਿਹੜੇ ਉਹਨਾਂ ਨਾਲ ਇੰਜੈਕਸ਼ਨ ਉਹ ਲੱਗਦੇ ਲੱਗਦੇ ਵਾਤੇ ਵਾਂ ਥੀ ਹੁਣੇ ਤਿਆਰ ਅੱਲਾ ਖੈਰ ਕਰੇ ਸੀ ਇਨਸ਼ਾਅੱਲਾ ਕਿਵੇਂ ਹਾਲ ਹੈ ਓਕੇ ਛੇਕਾ ਛੇਕਾ ਕਿਆ ਹਾਲ ਹੈ ਸਹੀ ਅਲਹਮਦੁਲਿਲਾ ਫਿਟ ਠੀਕ ਠਾਕ ਸ਼ੁਕਰ ਬਣਵਾ ਆਇਆ ਨਾ ਕੋਈ ਹਿਸਾਬ ਕਿਤਾਬ ਦਿੱਤਾ ਹੀ ਤੇ ਨਿਕਤਾ ਆਇਆ ਹੈ ਅੱਜ ਕੱਲ ਦੌਰ ਹੈ ਹਿਸਾਬ ਜੀ ਆ ਜੀ ਕਿਹਨੂੰ ਕਿਸੇ ਕਿਨੂੰ ਬਚਦੀ ਹੈ ਬਚਾਓ ਅੱਜ ਕੱਲ ਦੌਰ ਹਿਸਾਬ ਵਾਲੇ ਭਾਈ ਜਾਨ ਬਗੈਰ ਹਿਸਾਬ ਚੱਲ ਸੋ ਤਾਂ ਖਤਮ ਹੈ ਹਿਸਾਬ ਕਿਤਾਬ ਇੱਕ ਕਪੜਾ ਹੀ ਦੇਸੋ ਇੱਥਾ ਨਹੀਂ ਦਿਵਿੰਦਾ ਸਾਰੇ ਕੋਲ ਚਲੋ ਹੁਣ ਚਲਦੀ ਸਹੀ ਵੱਧੀ ਹੈ ਉਹ ਫਿਟ ਹੈ ਚਲੋ ਬਾਏ ਚਲਦੀ ਰਾਵੇ ਬਾਕੀ ਖੈਰ ਹਿਸਾਬ ਕਿਤਾਬ ਥੀਂਦੇ ਰਾਸਨ ਚੋਖੇ ਬਜਾਏ ਪੈਸੇ ਢੇਰ ਸਾਰੇ ਬਚਾਇਆ ਤੁਸੀਂ ਦਿੱਤਾ 10,000 20 ਦਿੱਤਾ 20 7000 ਤੇ ਮੈਂ ਬਚਾਈ ਵਰਦਾ ਸੀ ਜੋ ਭਾਈ ਜਾਨ 20000 ਦਿੱਤਾ 20 ਦੀ ਜੀ ਆ ਪਤਾ ਨਹੀਂ ਯਾਰ ਵਾਲ ਬਚਾਈ 6 ਵਰਦਾ 7000 ਜੀ ਆ 7 ਨਹੀਂ 6 ਮੈਂ ਕਿ 5-5,000 ਸਤਵਾਂ ਕਿੱਡੇ ਗਏ ਅਨਪੜ ਬੰਦੇ ਨਾ ਨਹੀਂ ਸਮਝ ਓਕੇ ਓਕੇ ਹਾਂ ਅਨਪੜ ਤੇ ਜਿਹੜਾ ਗੁੱਤੀ ਮਾਰੀ ਖੜਾ ਨਹੀਂ ਨਹੀਂ ਗੁੱਤੀ ਨਹੀਂ ਮੇਰੇ ਦਾ ਇਹ ਹੁਣ ਆਖਾਂ ਨੇ ਸੀ ਇਹ ਤਾਂ ਲੱਗਿਆ 11560 ਦਾ ਸਮਾਨ ਤੇ 2,500 ਮਜ਼ਦੂਰੀ ਓਕੇ ਠੀਕ ਆ ਇਹ ਸਹੀ ਉਹ ਤਿੱਲੀ ਵਾਲੇ ਪਲਾਟ ਇਹ ਵਾਲਾ ਤੇ ਇਹ ਵਾਲਾ ਇਹ ਵੀ ਮਾਸ਼ਾਅੱਲਾ ਬਿਹਤਰੀਨ ਜਮੀ ਪਈ ਹੈ ਤੁਹਾਨੂੰ ਨਜ਼ਰ ਆਉਂਦੀ ਪਈ ਉਸ ਮਾਸ਼ਾਅੱਲਾ ਇਹ ਵੀ ਜ਼ਬਰਦਸਤ ਹੀ ਪਈ ਹੈ ਇੱਕ ਹੁਣ ਸਪਰੇਅ ਦੀ ਲੋੜ ਹੈ ਪਾਣੀ ਦੀ ਕੋਈ ਲੋੜ ਕੋਈ ਨਹੀਂ ਸਪਰੇਅ ਕਰਨੇ ਕੋਈ ਇੱਕ ਲੂੜੀ ਹਾਰ ਚ ਇਨਸ਼ਾਅੱਲਾ ਮਾਸ਼ਾਅੱਲਾ ਸਹੀ ਇਹ ਦੂਜਾ ਪਲਾਟ ਵੀ ਜ਼ਬਰਦਸਤ ਜੰਮਿਆ ਪਿਆ ਇਹ ਪਲਾਟ ਵੀ ਹਨ ਨਾ ਉਹ ਵਾਲਾ ਤੇ ਇਹ ਵਾਲਾ ਇਹਦੇ ਵਿੱਚ ਤਿੱਲੀ ਕਾਸ਼ਤ ਹੈ ਅਤੇ ਮਾਸ਼ਾਅੱਲਾ ਇਹਦੇ ਵਿੱਚ ਵੀ ਇਹ ਸਹੀ ਜ਼ਬਰਦਸਤ ਜੰਮੀ ਆਉਂਦੀ ਹੈ ਥੋੜ੍ਹੀ ਥੋੜ੍ਹੀ ਨਿਕਲੀ ਪਈ ਹੈ ਲੇਕਿਨ ਜ਼ਬਰਦਸਤ ਜੰਮਦੀ ਪਈ ਹੈ ਮਾਸ਼ਾਅੱਲਾ ਠੰਡੀ ਠੰਡੀ ਹਵਾ ਚੱਲਦੀ ਪਈ ਹੈ ਅਤੇ ਹਲਕਿਆਂ ਹਲਕਿਆਂ ਵਿੱਚ ਕਣੀਆਂ ਹੀ ਆਉਂਦੀਆਂ ਪੈਣ ਅਸਾਂ ਆ ਗਿਆ ਸੀ ਵਾਪਸ ਘਰ ਸੂਫੀ ਬਾਈ ਆਉਣੀ ਹੁਣ ਟਰਾਲੀ ਛਿੱਕਣ ਲੰਘ ਗਏ ਸ਼ਾਮੀ ਹੁਣ ਲੱਗੇ ਸੂ ਗੰਦਮ ਸਵੇਰੇ ਇਨਸ਼ਾਅੱਲਾ ਮੰਡੀ ਹੈ ਛੱਟੇ ਸੂ ਅਤੇ ਦੁਆ ਕਰੋ ਕਿ ਬਾਰਿਸ਼ ਨਾ ਆਵੇ ਅਸਾਂ ਲੱਦ ਕੇ ਗੰਦਮ ਪਹੁੰਚਾ ਕੇ ਨੂੰ ਬਾਰਿਸ਼ ਆ ਗਈ ਤਾਂ ਵੱਲ ਗੰਦਮ ਕੋ ਇੱਕ ਡੂਡੀ ਵਾਰ ਧੁੱਪ ਲਵਾਉਣੀ ਪੋਸੀ ਸੁਕਾਉਣੀ ਪੋਸੀ ਸਾਰੀ ਤਾਂ ਵੀਟ ਆਏ ਸਾਰੇ ਮਾਂ ਯਾਰ ਉਹ ਬੰਦਾ ਬਿਮਾਰ ਹੈ ਨਾ ਇਸ ਵਜ੍ਹਾ ਤੋਂ ਥੋੜਾ ਅੱਛਾ ਕਿਆ ਥੀ ਆਵਦਾ ਪੁੱਛਿਆ ਹੀ ਨਹੀਂ ਤਾਂ ਕੋਲ ਇਡੂ ਆ ਯਾਰ ਸਲਾਮ ਸਲਾਮ ਤਾਂ ਕਰ ਰਹੀ ਦੇ ਆਈ ਦੇ ਠੀਕ ਰਹੀ ਉਹਦਾ ਤਾਂ ਪਤਾ ਹੀ ਨਹੀਂ ਓਏ ਹੋਏ ਇਹ ਸਲਾਮ ਦਿਓ ਕਿਆ ਥਾ ਹੈ ਟਰਾਲੀ ਤੇ ਡੱਟਾ ਟਰਾਲੀ ਤੋਂ ਡੱਟਾ ਓਏ ਹੋਏ ਹੋਏ ਤੇ ਤੂੰ ਪੁੱਠੇ ਕੰਮ ਕਰਨਾ ਨਾ ਸ਼ੈਤਾਨ ਬੰਦਾ ਤੂੰ ਤਰਕ ਮਰੇਨਾ ਸਕੂਲ ਅੱਜ ਕੱਲ ਵੈਂਦਾ ਖੜਾ ਕਹਿਣਾ ਕਹਿ ਨਹੀਂ ਵੈਂਦਾ ਖੜਾ ਨਾ ਚਲੋ ਸਵੇਰੇ ਦਵਾਂ ਸਮੇਂ ਕੈਸੀ ਹੋ ਹਾਂ ਬਸ ਇਹ ਸਕੂਲ ਨਹੀਂ ਮਿਲਦਾ ਨਾ ਸਾਡਾ ਬਕਾਇਆ ਵਧਾ ਦਵਾਵਣ ਵਾਲਾ ਤੇ ਅੱਗੋਂ ਸਕੂਲ ਵੈਸੇ ਤਾਂ ਵੱਲ ਅਸਾਂ ਰਿਆਇਤ ਦੇਸੂ
ਕਢਾ ਛੱਡੀ ਸੀ ਰਾਤ ਹੈ ਨਾ ਓਕੇ ਓਕੇ ਬਸ ਟਾਈਮ ਥੀ ਗਿਆ 2:12 ਤੇ ਹੁਣ ਟਰਾਲੀ ਸਾਰੀ ਲੋਡ ਥੀ ਗਈ ਤੇ ਹੁਣ ਸਾਰੇ ਘਰ ਵੰਦੇ ਪਏ ਹਨ ਅੱਲਾ ਹਾਫਿਜ਼ ਵਤ ਸਾਰਿਆਂ ਨੂੰ ਹੈ ਅੱਜ ਆ ਕੇ ਮਨੇ ਨਾ ਦਿੱਤੀ ਹੈ ਵਿੰਗਾਰ ਹਾਂ ਹਾਂ ਇਹਦਾ ਤਹਿ ਦਿਲ ਤੂੰ ਮਸ਼ਕੂਰ ਹੈ ਟਾਈਮ ਆ ਕੇ ਭਾਈ ਤੁਹਾਡੀ ਵਿੰਗਾਰ ਦਾ ਸ਼ੁਕਰੀਆ ਜੁੱਲੋ ਸਵੇਰੇ ਸਾ ਨਾਲ ਟਰਾਲੀ ਤੇ ਦਹੀ ਦਵਾਣੇ ਕਵੇ ਸੋ ਹਾਂ ਨਾ ਨਾ ਸੌਰੀ ਮੈਂ ਕਾਮ ਕਰੇ ਚਲ ਓਕੇ ਥੀ ਗਿਆ ਓਕੇ ਗਿੱਧੀ ਆਵੇ ਨਾ ਗਿੱਧੀ ਆਸਨ ਗਿੱਧੀ ਆਸਨ ਓਕੇ ਅੱਜ ਦੀ ਵੀਡੀਓ ਪਸੰਦ ਆ ਤਾਂ ਲਾਈਕ ਸ਼ੇਅਰ ਕਮੈਂਟ ਲਾਜ਼ਮੀ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਮਿਲਦੇ ਹਾਂ ਇੱਕ ਨਵੇਂ ਵਲੌਗ ਵਿੱਚ ਅੱਲਾ ਹਾਫਿਜ਼